ਪੱਗ ਬੰਨਿਆ ਫਿਰਦਾ ਜਿਹੜਾ ਇੱਕ ਨਕਲੀ ਲੋਈ ਲੈ ਕੇ ਉਹ ਗਰਮੀਆਂ 'ਚ ਲੋਈ ਲਈ ਫਿਰਦਾ ਗਰੇਵਾਲ ਉਹਨੂੰ ਸਮਝ ਨਹੀਂ ਆਉਂਦੀ ਉਹ ਚੰਗੇ ਭਲੇ ਤੂੰ ਗਾਣੇ ਗਾਉਣਾ ਪਤਾ ਨਹੀਂ ਉਹ ਕਿੱਧਰ ਨੂੰ ਜਾਂਦਾ ਗਰਮੀ ਜ਼ਿਆਦਾ ਹੈ ਜਾਂ ਉਹਦੇ ਇਕੱਲੇ ਪੈਰ ਲੱਭੇ ਸਾਰਾ ਸਰੀਰ ਜਿਹੜਾ ਉੱਡ ਚੁੱਕਿਆ ਸੀਗਾ ਉਹ ਡਾਕਟਰ ਦਾ ਪੰਜਾਬ ਸਰਕਾਰ ਦੇ ਦਾ ਕੀ ਕਸੂਰ ਸੀ ਜਿਹਨਾਂ ਦੀ ਰਿਹਾਈ ਮੰਗ ਰਹੇ ਸੀਆਰਪੀ ਵਾਲੇ ਐਨਐਸਜੀ ਵਾਲੇ ਉਹ ਅੱਜ ਵੀ ਲੱਭਦੇ ਆ ਵੀ ਕਿੱਥੇ ਸਾਡਾ ਬਾਪ ਗਿਆ ਕਿਉਂਕਿ ਕਿਸੇ ਦੇ 2 ਸਾਲ ਦੇ ਬੱਚੇ ਸੀ ਇਹ ਉਹਨਾਂ ਦੀ ਰਿਹਾਈਆਂ ਮੰਗ ਰਿਹਾ ਹੈ ਇਹ ਜਿਹੜਾ ਹੈ ਬੀਬੀ ਰਾਜਵਾਣੀ ਦੀ ਭੈਣ ਨੂੰ ਜਿਹੜੀਆਂ 34,000 ਜ਼ਮਾਨਤ ਤੋਂ ਵੀ ਜ਼ਮਾਨਤ ਜ਼ਬਤ ਹੋ ਗਈ ਹਜੇ ਤੱਕ ਪਤਾ ਨਹੀਂ ਲੱਗਿਆ ਹੁਣ ਕਹਿੰਦੇ ਅਸੀਂ ਰਿਹਾਈ ਗਾਣਾ ਉਹ ਇੱਕ ਨਵਾਂ ਹੀ ਉਹ ਨਕਲੀ ਜੀ ਪੱਗ ਬੰਨਿਆ ਫਿਰਦਾ ਜਿਹੜਾ ਇੱਕ ਨਕਲੀ ਲੋਈ ਲੈ ਕੇ ਉਹ ਗਰਮੀਆਂ 'ਚ ਲੋਈ ਲਈ ਫਿਰਦਾ ਹੁੰਦਾ ਉਹ ਕੀ ਨਾ ਉਹਦਾ ਇੱਕ ਗਾਉਣ ਵਾਲਾ ਕਮਰ ਗਰੇਵਾਲ ਉਹਨੂੰ ਸਮਝ ਨਹੀਂ ਆਉਂਦੀ ਉਹ ਚੰਗੇ ਭਲੇ ਤੂੰ ਗਾਣੇ ਗਾਉਣਾ ਪਤਾ ਨਹੀਂ ਉਹ ਤੂੰ ਕਿੱਧਰ ਨੂੰ ਜਾਂਦਾ ਗਰਮੀ ਜ਼ਿਆਦਾ ਹੈ ਜਾਂ ਕੀ ਉਹਨੂੰ ਮੈਂ ਹੈਰਾਨ ਹੋ ਗਿਆ ਉਸ ਬੱਚੇ ਨੂੰ ਇਹ ਨਹੀਂ ਪਤਾ ਬਈ ਭਾਈ ਸਾਹਿਬ ਜੇ ਗੱਲ ਕਰਨੀ ਆ ਤੁਸੀਂ ਭਗਤ ਸਿੰਘ ਦੀ ਕਰੋ ਤੁਸੀਂ ਰਾਜਗੁਰੂ ਸੁਖਦੇਵ ਦੀ ਕਰੋ ਤੁਸੀਂ ਪੰਜਾਬ ਦੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਗੱਲ ਕਰੋ ਤੁਸੀਂ ਜਿਹੜੇ AK-47 ਨਾਲ ਲੋਕਾਂ ਨੂੰ ਜਿਨ੍ਹਾਂ ਨੇ ਮਾਰਿਆ ਬੰਬਾਂ ਨਾਲ ਲੋਕਾਂ ਨੂੰ ਜਿਨ੍ਹਾਂ ਨੂੰ ਅੜਾਤਾ ਇਹਨੂੰ ਪਤਾ ਹੀ ਨਹੀਂ ਗਾ ਵੀ ਉਹ ਕਿੰਨੇ ਉਹ ਕਾਤਲਾਂ ਦੇ ਹੱਥ ਲਿਬੜੇ ਆ ਉਹਨਾਂ ਦੇ ਖੂਨ ਨਾਲ ਡਾਕਟਰ ਅੱਜ ਵੀ ਮੈਨੂੰ ਯਾਦ ਆਉਂਦੇ ਆ ਨਾਗਪਾਲ ਅੱਜ ਵੀ ਮੈਨੂੰ ਡਾਕਟਰ ਸਾਡੇ ਜਿਹੜੇ ਉੱਥੇ ਸਿਕਿਉਰਿਟੀ ਵਾਲੇ NSG ਜਿਹੜੇ ਤੜਫ ਰਹੇ ਸੀ ਪਏ ਅੱਜ ਵੀ ਮੈਨੂੰ ਯਾਦ ਆ ਉਹ ਵਿਧਵਾ ਉਹ ਡਾਕਟਰ ਦੀ ਉਹ ਲੱਭਦੀ ਫਿਰੇ ਆਪਣੇ ਉਹਦੇ ਇਕੱਲੇ ਪੈਰ ਲੱਭੇ ਸਾਰਾ ਸਰੀਰ ਜਿਹੜਾ ਉੱਡ ਚੁੱਕਿਆ ਸੀਗਾ ਉਹ ਡਾਕਟਰ ਦਾ ਪੰਜਾਬ ਸਰਕਾਰ ਦੇ ਦਾ ਕੀ ਕਸੂਰ ਸੀ ਜਿਨ੍ਹਾਂ ਦੀ ਰਿਹਾਈ ਮੰਗ ਰਹੇ ਆ ਉਹ PA ਜਿਹੜੇ ਸੈਕਟਰੀਏਟ 'ਚ ਕੰਮ ਕਰਦੇ ਸੀ ਉਹਨਾਂ ਦੇ ਬੱਚੇ ਅੱਜ ਵੀ ਵਿਚਾਰੇ ਤਰਸਦੇ ਆਪਣੇ ਬਾਪਾਂ ਨੂੰ ਜਿਹੜੇ ਉੱਥੇ CRP ਵਾਲੇ NSG ਵਾਲੇ ਉਹ ਅੱਜ ਵੀ ਲੱਭਦੇ ਆ ਵੀ ਕਿੱਥੇ ਸਾਡਾ ਬਾਪ ਗਿਆ ਕਿਉਂਕਿ ਕਿਸੇ ਦੇ 2 ਸਾਲ ਦੇ ਬੱਚੇ ਸੀ ਇੱਕ ਦਾ 1 ਸਾਲ ਦਾ ਬੱਚਾ ਸੀ ਇੱਕ ਦਾ 1 ਮਹੀਨੇ ਦਾ ਬੱਚਾ ਸੀ ਇਹ ਉਹਨਾਂ ਦੀ ਰਿਹਾਈਆਂ ਮੰਗ ਰਿਹਾ ਹੈ ਇਹ ਜਿਹੜਾ ਹੈ ਇਸ ਕਰਕੇ ਬਹੁਤ ਮੈਂ ਸਮਝਦਾ ਮਾੜੀ ਗੱਲ ਕਰ ਰਹੇ ਆ ਇਹ ਇੱਕ ਫੈਸਲਾ ਇਹ ਕਰੋ ਵੀ ਜਿਹੜਾ ਪੰਜਾਬ 'ਚ 30,000 ਬੰਦਾ ਸ਼ਹੀਦ ਹੋਇਆ ਉਹਨਾਂ ਦੀਆਂ ਤਸਵੀਰਾਂ ਲੱਗਣੀਆਂ ਚਾਹੀਦੀਆਂ ਜਾਂ 30,000 ਬੰਦਿਆਂ ਨੂੰ ਮਾਰਨ ਵਾਲੇ ਦੀਆਂ ਤਸਵੀਰਾਂ ਤੁਸੀਂ SGPC ਦੇ ਵਿੱਚ ਜਿਹੜੀਆਂ ਪ੍ਰਧਾਨ ਲਾ ਰਹੇ ਆ ਜਿਹੜੇ 30,000 ਪੰਜਾਬ ਦੇ ਲੋਕ ਜਿਨ੍ਹਾਂ ਦੇ 10-10 ਪਰਿਵਾਰ ਦੇ ਜੀ ਇਕੱਠੇ ਮਾਰ ਦਿੰਦੇ ਸੀ ਇਹ ਜਟਾਣੇ ਵਰਗੇ ਇਕੱਠੇ ਮਾਰ ਦਿੰਦੇ ਸੀ ਇਹ ਹਵਾਰੇ ਵਰਗੇ ਉਹਨਾਂ ਨੂੰ ਕੌਣ ਪੁੱਛੂ ਉਹਨਾਂ ਦੀਆਂ ਤਸਵੀਰਾਂ ਕਿੱਥੇ ਲਾਉਂਗੇ ਤੁਸੀਂ ਉਹਨਾਂ ਦੇ ਪਰਿਵਾਰ ਘਰੇ ਗਏ ਹੋ ਕਦੇ ਪਰ ਇਹ ਕਿਉਂਕਿ ਡਰਦੇ ਆ AK-47 ਵਾਲਿਆਂ ਤੋਂ ਡਰਦੇ ਆ ਦੂਜੀ ਗੱਲ ਮੈਂ ਅੱਜ ਤੁਹਾਡੇ ਚੈਨਲ 'ਤੇ ਪੁੱਛਦਾ ਬਈ ਜਥੇਦਾਰ ਸਾਹਿਬ ਅਕਾਲ ਤਖ਼ਤ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲਾਂ ਤੁਸੀਂ ਇਹ ਦੱਸ ਦਿਓ ਕੌਮ ਦਾ ਜਥੇਦਾਰ ਲੋਕ ਇਹ ਕਹਿੰਦੇ ਆ ਵੀ ਹਵਾਰਾ ਏ ਤੁਸੀਂ ਇਹ ਦੱਸੋ